अस्सलाम वालेकुम दोस्तों, तुसी वेख रहे हो इतमाद टीवी ते मैं तुहाडा दोस्त मोहम्मद आसिफ। दोस्तों तुहाडे वास्ते बहुत ही खूबसूरत और चंगी दुधदार मझ लैके हाजिर होया। दोस्तों ये भी मझ जिहड़ी है ना नूरशाह दे इलाके ही खड़ोती है। तीसरा सूआ दोस्त कह रहे उन्होंने कोई पूछा भी कि तीसरा सूआ सूई है तो कैमरामैन मझ विखांदा है तो फिर आप मालिक नाल गल करने हैं। मेन खोलन खोल कटोल रटाल अस्सलाम वालेकुम। थोड़ा उच्ची बोलो, थोड़ी आवाज दे। अच्छा भाई की नाम तोड़ा? जवेद अहमद। जवेद अहमद ते जगह केड़ी दा सारा एड्रेस दस छोड़ के। 64 आर चक जिला साहिबाल चक नंबर 64 आर भूत के बुनाने। अच्छा दोस्तों तहसील जिला साहिबाल 64 आर थाना नूरशाह लग। हां जी थाना नूरशाह। यानी कि अगे तो लगे हाजी साहब को एक मज दिखाई ते ए भी दोस्तों नूरशाही खड़ोती है। अच्छा भाई कितना सुबह सुई है? ए जी तीसरा सुबह हूं सुई खड़ी। सुई खड़ी हां जी। नहीं तैनू नु नहीं चौथा सुबह सुई? नहीं जी तीसरा सुबह अपनी घर दी मज है। कड़ा पक्की गल है? थोड़ा रेड़े मेरे नाल हो खड़ो। इतै इतै इतै। अच्छा ते हुण तीसरा सुबह सुई थल्ले फाल कट्टा है? हां जी दोस्तों तुहानू कट्टा विखाया बेच सा। ते कितने दिन की सोई हुई? ए जी 6वां दिन। पक्का 6वां दिन? ते दूध कितना कर रही है? ए जी 18-19 लीटर कर रही है। नहीं हुण हाजिर तुसी चोर है ने? हां जी 18 लीटर चोर। 18 लीटर चोर है? 9 लीटर एक टाइम दा? 9 लीटर एक। कितना चोर किवें चोंदे? कितने थन सारी चोर चो के या फल छड़ के? नहीं फल नु छड़ने है लेकर बाद है तुसी फल नु छड़ने है। हां जी ते पर कितना कितना फल नु छड़ दे? तकरीबन थन एक छड़ देने है अगले एक थन छड़ के लेकिन त्रै थन चो के 18 लीटर देंदी 18 लीटर देंदी जे साडा कोई दोस्त चोवे ते आखे भी कोई करावे दो त्रे वारी चोवे ते मोड़ तुसी पूरा कर देसो? हां जी इंशाल्लाह इंशाल्लाह पक्की गल हो गई। हां जी एवे दो चार दिन जे के अगर कोई 24-25 लीटर भी कर सके। ते पिछले सुबह कितना कर दे रही? दुए सुबह 23 लीटर कर दी रही है। 24 लीटर दो मटे में पक्का दूध? पक्का। अच्छा ते इंदे हुणे दस जायज मुनासिब कीमत जड़ी कितनी लेनी है? इंदा जी तकरीबन 3.5 लाख सुनाने आखिर आखिर मंगा तो सिर्फ 4 ही मंगते पे। अच्छा लेकिन 3.5 लाख
ਪੱਕੀ ਫਾਈਨਲ ਪੱਕੀ ਫਾਈਨਲਿਸਟ ਦਾ ਇਹ ਤਾਂ ਤੇਰਾ ਤਾਂ ਸਾਨੂੰ ਜਦੋਂ ਪਿਆਰ ਮੁਹੱਬਤ ਕਰਨੀ ਆਖਰ ਅਸੀਂ ਪਤਾ ਕਿੰਨਾ ਸਫ਼ਰ ਕਰਕੇ ਫੈਸਲਾਬਾਦੋਂ ਆਇਆ ਫੈਸਲਾਬਾਦੋਂ ਇੱਥੋਂ 130 ਕਿਲੋਮੀਟਰ ਆਇਆ ਸਫ਼ਰ ਇਵੇਂ ਹੈ ਨਾ ਉਹ ਤਾਂ ਜੀ ਬਿਲਕੁਲ ਠੀਕ ਹੈ ਲੇਕਿਨ ਤੁਸੀਂ ਮਾਈ ਨੂੰ ਵੇਖੋ ਫਿਰ ਤੁਸੀਂ ਦੁੱਧ ਲੀਟਰ ਮਾਰ ਲਓ ਜੇ ਇਤਨਾ ਦੁੱਧ ਨਾ ਹੋਵੇ ਮੈਂ ਤਾਂ ਨਾ ਕੋ ਜੈਜ਼ ਨਾਲ ਸੇ ਪਿਆਰ ਹੋਰ ਕਰ ਸਾਡੇ ਸਫ਼ਰ ਨੂੰ ਵੇਖ ਯਾਰ ਸਾਡੇ ਦੋਸਤਾਂ ਦੇ ਸਫ਼ਰ ਨੂੰ ਵੇਖ ਠੀਕ ਹੈ ਮਾਈ ਤੇਰੀ ਚੰਗੀ ਮਾਸ਼ਾਅੱਲਾ ਕੱਦ ਬੜਾ ਮਾਈ ਦਾ ਸੋਹਣਾ ਹੈ ਅੱਛਾ ਇੱਕ ਚੀਜ਼ ਤੁਹਾਡੇ ਕੋਲ ਮੈਂ ਪੁੱਛਣੀ ਹੈ ਵੀ ਜਿਹੜੇ ਅੰਦਰ ਖਾਣ ਨੂੰ ਥੋੜ੍ਹਾ ਜਿਹਾ ਚੀਜ਼ ਇਹ ਲੜਕੀਆਂ ਸਪਾਈਆਂ ਤੇ ਅਗਲੇ ਸੂਏ ਵੀ ਜਿਹੜਾ ਨਾ ਅਸੀਂ ਪਾਉ ਅਸੀਂ ਨਹੀਂ ਪਾਈਆਂ ਇਹਦਾ ਕੀ ਮਤਲਬ ਹੁੰਦਾ ਹੈ ਇਹ ਸਾਡੇ ਜੱਟਾਂ ਵਾਸਤੇ ਤਾਂ ਖੂਬਸੂਰਤੀ ਹੁੰਦੀ ਹੈ ਅੱਛਾ ਇਸ ਤਰ੍ਹਾਂ ਕਰ ਹਾਂ ਇਹ ਦੋਸਤੋ ਨਾ ਅੱਗੇ ਸੱਜੇ ਕੰਨ ਮੈਂ ਆਉਂਦੇ ਹੋ ਵੇਖ ਪੁੱਛਿਆ ਬਾਈ ਕੋਲ ਮੈਂ ਕਿਹਾ ਕੰਨ ਥੋੜ੍ਹਾ ਤੁਸੀਂ ਚੀਰਿਆ ਹੋਇਆ ਤੇ ਇਹ ਆਉਂਦੇ ਨੇ ਸਾਰੇ ਲੜਕੀਆਂ ਸਦਿੰਦੇ ਕੋਈ ਨੰਦ ਇਲਾਕੇ ਦੇ ਆਪਣਾ ਆਪਣਾ ਉਸ ਹਿਸਾਬ ਕਿਤਾਬ ਕਰਨ ਦਾ ਉਹ ਦੋ ਥਾਂ ਕਈ ਬਰੀਕ ਬਰੀਕ ਇਹਨਾਂ ਆਪ ਕੱਟੀਆਂ ਨੇ ਕਹਿੰਦੇ ਕਿ ਹੋਇਆ ਨਹੀਂ ਕੱਟਿਆ ਇਹਨੇ ਖੂਬਸੂਰਤੀ ਆ ਕਿ ਅਸੀਂ ਜਿਹਨਾਂ ਜਾਂਦੇ ਸਾਡੇ ਇਲਾਕੇ ਦੇ ਅਕਸਰ ਦੋ ਨਿਸ਼ਾਨੀਆਂ ਇੱਕ ਠੱਪਾ ਲੱਗਾ ਹੁੰਦਾ ਇੱਥੇ ਹੀ ਕਰਕੇ ਨੂਰ ਸ਼ਾਹ ਦੀ ਮੱਝੀ ਤੇ ਇੱਕ ਹੈ ਕੰਨਾਂ ਦੇ ਇਸ ਕੰਨਾਂ ਦੀ ਲੜਕੀਆਂ ਬਣ ਲੜਕੀਆਂ ਲੜਕੀਆਂ ਆਉਂਦੇ ਨੇ ਇਹਨਾਂ ਨੂੰ ਪਾਇਆ ਹੁੰਦਾ ਤੇ ਮਾਈ ਤੁਹਾਨੂੰ ਦੋਸਤੋ ਅਸਾਂ ਵਿਖਾਈਏ ਮੈਂ ਤੁਹਾਨੂੰ ਪਿਆਰ ਬਹੁਤ ਵਾਲੀ ਕੋਈ ਨਹੀਂ ਕੀਤਾ ਹੁਣ ਕਾਰ ਕਰਦੇ ਯਾਰ ਨਹੀਂ ਯਾਰ ਨਹੀਂ ਫੈਨ ਪੱਕੀ ਚਲੋ ਤੁਸੀਂ ਕੋਈ 5000 ਨਾ ਇਤਨੇ ਬਾਅਦ 5000 ਛੱਡੂ ਯਾਰ 5000 ਤੁਸੀਂ ਮੇਰੀ ਮਾਈ ਵੇਖ ਲਓ ਨਾ ਮਾਈ ਤਾਂ ਵੇਖੀ ਆ ਸਾਡੇ ਦੋਸਤਾਂ ਵੇਖੀ ਸਾਰੀ ਮਾਈ ਵੇਖ ਮਾਈ ਮੇਰੀ ਕੋ ਦੋਧੀ ਇਤਨਾ ਇਹ ਪੱਕੀ ਇਹ ਤਾਂ ਆਖਰੀ ਬੇਈ ਸਟੋਰੀ ਦਾ ਰੁਪਈਆ ਨਹੀਂ ਘਾਟ ਕਰਨਾ ਉਹਦਾ 3,20,000 ਤੋਂ ਬਾਅਦ ਨਹੀਂ ਕਰਨੀ ਜੇ ਕੋਈ ਉਹਨੂੰ ਪਸੰਦ ਕਰੇ ਦੋਸਤ ਆਵੇ ਆਖਿਰ ਸਫ਼ਰ ਕਰਕੇ ਤਾਂ ਕੋਈ ਪਿਆਰ ਮੁਹੱਬਤ ਉਹਨ੾ਂ ਕਰ ਸਕਦਾ ਹਾਂ ਇਹ ਵੀ ਹੋ ਸਕਦਾ ਹੈ ਮੁੜ ਕੇ ਚਲੋ ਠੀਕ ਹੈ ਦੋਸਤੋ ਮਾਈ ਤੁਹਾਨੂੰ ਅਸਾਂ ਵਿਖਾ ਦਿੱਤੀ ਤੀਸਰਾ ਸੂਆ ਸੂਈ ਖੜੀ 5-6 ਦਿਨ ਦੀ ਸੂਈ ਹੋਈ ਥੱਲੇ ਕੱਟਾ ਇਸ ਉੱਤੇ ਮਾਂ ਚਲੇ ਚੰਗੀ ਕੱਦ ਆਵਰ ਮੱਝ ਤਕੜੀ ਤੇ ਤਕਰੀਬਨ ਦੋਸਤ ਕਹਿ ਰਿਹਾ ਕਿ ਜਿਹੜਾ ਨਾ 18 ਲੀਟਰ ਹਾਜ਼ਰ ਮੌਕੇ ਦੁੱਧ ਦੇ ਰਹੀ ਹੈ ਫਲ ਨੂੰ ਛੱਡ ਕੇ ਤੇ ਇਨਸ਼ਾਅੱਲਾ ਅੱਗੇ ਪੈਂਦਾ ਦੂਸਰੇ ਸੂਬੇ 22-23 ਲੀਟਰ ਦਿੰਦੀ ਰਹੀ ਹੈ ਤੇ ਇਸ ਵਾਰੀ ਇਨਸ਼ਾਅੱਲਾ ਜ਼ਿਆਦਾ ਚੜੇਗੀ ਕਿਉਂਕਿ 5-6 ਦਿਨ ਹਾਲੀ ਦੁੱਧ ਯਾਨੀ ਕਿ ਮਾਈ ਨੇ ਮੈਲਾ ਨਹੀਂ ਸਟਿਆ ਤੇ ਦੋਸਤੋ ਤੁਸੀਂ ਪਸੰਦ ਕਰੋ ਦੁੱਧ ਤੁਹਾਨੂੰ ਭਾਈ ਹੋਰੀ ਪਿਆਉਂਦੇ ਨੇ ਤਸੱਲੀ ਨਾਲ ਚਵਾ ਕੇ ਦਿਸਾਂ 2,20,000 ਰੁਪਇਆ ਫਾਈਨਲ ਕਹਿ ਰਹੇ ਨੇ ਤੇ 3,20,000 ਸੋਰੀ ਜੀ 3,20,000 ਫਾਈਨਲ ਕਹਿ ਰਹੇ ਨੇ ਜਦੋਂ ਤੁਸੀਂ ਪਸੰਦ ਕੀਤਾ ਤਾਂ ਤੁਹਾਨੂੰ ਨਾਲ ਪਿਆਰ ਮੁਹੱਬਤ ਜ਼ਰੂਰ ਕਰਸਾਂ ਆਖਰ ਸਫ਼ਰ ਅਸੀਂ ਵੀ ਕਰਕੇ ਆਏ ਹਾਂ ਤੁਸਾਂ ਵੀ ਕਰਕੇ ਆਉਣਾ ਦੋਸਤੋ ਪਸੰਦ ਕਰੋ ਪਸੰਦ ਕਰਕੇ ਤੁਸੀਂ ਖਰੀਦ ਸਕਦੇ ਹੋ ਇੱਕ ਵਾਰ ਫਿਰ ਕਿੰਨਾ ਸਾਡੇ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਲਾਈਕ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਾਂਗੇ ਦੋਸਤੋ ਅਗਲੀ ਵੀਡੀਓ 'ਚ ਇਜਾਜ਼ਤ ਦਿਓ ਖੁਦਾ ਹਾਫਿਜ਼।